वीडियो देखने वाले सारे वीरों ने प्यार भरी सत श्री अकाल। ते अज तुहानू दिखाउण लगे आपां जौंडियर। जौंडियर उस हाल च दिखाउण लगे आ, हो सकदा बहुत घट बंदियां ने जौंडियर नू इस हाल दे विच देखिया होवे। यानी कि जौंडियर दा जिहड़ा इंजन आ बहुत घट खुलदा, ते इह पहले मॉडलां दे विचों होऊगा जिहदा इंजन खुल्लिया वा, ते आपां खुल्लिया वा इंजन तुहानू दिखाउणे आ। ते आपणे नाल होणगे अज कौण बंदा होऊगा कि हुण तुसीं आप शुरू करिए जे आपां कोई भी ट्रैक्टर रखदे आ जौंडियर जिन्ना हो सकदा इहदा साफ पानी करके इहदे कूलेंट पाओ। ठीक आ, जे कूलेंट पाउणा है ਜਿਵੇਂ ਪਾਲਿਆ ਹੁਣ ਪਾ ਕੇ, ਇਹ ਨਹੀਂ ਕਹਿਣਾ ਵੀ 10 ਸਾਲ ਹੀ ਤਾਂ ਕੂਲੈਂਟ ਪਾਇਆ ਜੀ, ਉਹਨੂੰ ਸਮੇਂ ਤੋਂ ਜਿਵੇਂ ਆਪਣੇ 3 ਜਾਂ 4 ਡਰਮ ਡੀਜ਼ਲ ਦੇ ਬਾਲ ਤੇ ਜਾਂ ਇੱਕ ਜੋੜੀ ਟਾਇਰਾਂ ਦੀ ਜਦੋਂ ਘਸ ਗਈ ਉਦੋਂ ਕੂਲੈਂਟ ਜਿਹੜਾ ਪਹਿਲਾਂ ਸੀ ਉਹ ਕੱਢ ਦਿਓ ਤੇ ਨਵਾਂ ਪਾ ਦਿਓ। ਠੀਕ ਆ, ਜੇ ਥੋੜਾ ਥੋੜਾ ਪੈਂਦਾ ਹੀ ਰਹਿੰਦਾ ਲਗਭਗ ਫਿਰ ਕੋਈ ਚੱਕਰ ਨਹੀਂ। ਇਹ ਨਾ ਦੇਖੋ ਵਿੱਚੋਂ ਕਿੰਨਾ ਹਾਲ ਇਹਦਾ ਮੰਦਾ ਹੋ ਗਿਆ, ਜਿਹੜੇ ਟਾਇਰਾਂ 'ਚ ਕੂਲੈਂਟ ਹੋਊਗਾ ਉਹਨਾਂ ਦੇ ਆਹ ਚੀਜ਼ ਨਹੀਂ ਬਣਦੀ ਜਿਹੜੀ ਆ ਜੰਗਾਲ ਤੇ ਆ ਮੰਦੋ ਤੇ। ਇਹ ਆਪਣੇ ਟਰੈਕਟਰ ਦਾ ਸਲੀਵ ਕੱਢਣੀ ਆ ਜਿਹ 'ਚ ਕੂਲੈਂਟ ਚੱਲਦਾ ਤੇ ਬਾਏ ਹਾਦਕਾ ਖੇੜੀ ਆ। ਅੱਛਾ, ਇਹਦੀ ਆ ਇਹਨੂੰ ਸਹੀ ਨਾਂ ਤਾਂ ਇਹਦਾ ਲਾਈਨਰ ਆ, ਆਪਾਂ ਸਲੀਪ ਕਹਿ ਦਿੰਦੇ ਆ। ਠੀਕ ਆ, ਆ ਦੇਖੋ ਇਹਦਾ ਹਾਲ ਪਾਣੀ ਦੀ ਵਜ੍ਹਾ ਕਰਕੇ। ਅੱਛਾ, ਕੀ ਹਾਲ ਹੋਇਆ ਪਿਆ ਇਹਦਾ ਜੇ ਇਹ ਚ ਕੂਲੈਂਟ ਹੁੰਦਾ। ਠੀਕ ਆ, ਯਾਨੀ ਕਿ ਬਿਲਕੁਲ ਪਾਣੀ ਸੀ ਇਹਦੇ ਚ। ਹਾਂ, ਇਹ ਪਾਣੀ ਤੇ ਚੱਲਿਆ, ਯਾਨੀ ਕਿ ਖਤਰੋਂ ਕਾ ਖਿਲਾੜੀ ਆ। ਠੀਕ ਆ, ਇਹ ਲੋਟਰੀਆਂ ਵੀ ਲਾਈਆਂ 2-3। ਠੀਕ ਆ, ਤੇ ਇੱਕ ਸਭ ਤੋਂ ਜ਼ਰੂਰੀ ਗੱਲ ਆਪਣੇ ਨੂੰ ਚੇਤਾ ਨਾ ਭੁੱਲ ਜੇ, ਜਿਵੇਂ ਆਪਾਂ ਆਪਾਂ ਐਲਟੀ ਮਾਡਲ ਜਿਹਨੂੰ ਕਹਿ ਦਿੰਦੇ ਆ ਕਾਲੇ ਢਿੱਡ ਵਾਲਾ ਪਿਓਰ, ਹਾਂ ਇਹਦੀ ਪਿਓਰਤਾ ਇਹਦੇ ਇਹਦੇ ਵਿੱਚ ਇਹ ਆ ਜਿਹੜਾ ਜਿਹੜਾ ਐਲਟੀ ਮਾਡਲ ਹੋਊ ਉਹਦੀ ਨਿਓਜਲ ਪੈਲਸ ਨਾਲ ਹੀ ਹੋਊ, ਪਤਲੀ ਨਿਓਜਲ। ਠੀਕ ਆ, ਜਿਵੇਂ ਆਪਾਂ ਇਹ ਨਹੀਂ ਕਹਿ ਸਕਦੇ ਜੇ ਆਪਾਂ ਮੋਟੀ ਨਿਓਜਲ ਵਾਲਾ ਉਹਨੂੰ ਐਲਟੀ ਨਹੀਂ ਕਹਿ ਸਕਦੇ। ਠੀਕ ਆ, ਜੇ ਹੁਣ ਬੰਦੇ ਕਰ ਵੀ ਦਿੰਦੇ ਆ ਕਿਉਂਕਿ ਉਹ ਗ੍ਰੈਂਡ ਗਰਾਉਂਡ ਨਹੀਂ ਹੁੰਦੀ ਨਿਓਜਲ ਜਿਹੜੀ ਇਹਦੇ ਹੈੱਡ 'ਚ ਨਾ, ਆਹ ਵੀ ਇਹ ਪੈਲਸ ਵਾਲੀ ਨਿਓਜਲ ਆ, ਇਹ ਗ੍ਰੈਂਡ ਨਹੀਂ ਹੁੰਦੀ। ਠੀਕ ਆ, ਜਿਵੇਂ ਆਮ ਆਪਾਂ ਠੀਕ ਕਰਾ ਲੈਂਦੇ ਇਹ ਨਿਓਜਲ ਨਵੀਂ ਲੱਗੂਗੀ, ਇਹਨੂੰ ਠੀਕ ਨਹੀਂ ਕਰ ਸਕਦੇ ਗੇ। ਠੀਕ ਆ, ਇਹ ਖਰਾਬ ਹੁੰਦੀ ਨੀਗੀ ਖੇਤੀ। ਜਦੋਂ ਆਪਾਂ ਕੰਮ ਕਰਾਉਣਾ ਮਿਸਤਰੀ ਤੋਂ ਉਦੋਂ ਜੇ ਨਿਓਜਲ ਪਤਲੀ ਆ ਤੇ ਆਹ ਪੈਸਟ ਨਹੀਂ ਪੈਣਾ। ਅੱਛਾ, ਇਹ ਦੋਨੋਂ ਸੇਮ ਹੀ ਆ ਜਾਨੀ ਕਿ? ਹਾਂ, ਨਹੀਂ ਇਹਦੇ ਖਜ਼ਾਨੇ ਦਾ ਫਰਕ ਆ ਬਈ। ਅੱਛਾ, ਫਰਕ ਆ। ਠੀਕ ਆ, ਇਹ ਪੈਲਸ ਵਾਲੀ ਨਿਓਜਲ ਵਾਲਾ, ਇਹਨੂੰ 5310 ਦੇ ਪੈਸਟਨ ਆਉਂਦਾ ਇਹ, ਜਾਂ ਐਲਟੀ ਮਾਡਲ ਦੇ ਆਉਂਦਾ ਪਤਲੀ ਨਿਓਜਲ ਵਾਲੇ ਦੇ, ਜਿਹੜੇ ਹੁਣ ਆਉਂਦੇ ਆ ਉਹਨਾਂ ਦੇ ਆਹ ਪੈਸਟਨ ਆਉਂਦਾ। ਹੁਣ ਇਹਦੇ 'ਚੋਂ ਇਹ ਕੱਢਿਆ ਕਿ ਆਹ ਕੱਢਿਆ? ਕਿਉਂ ਇਹ ਪਹਿਲਾਂ ਕਿਸੇ ਜਦੋਂ ਇੰਜਣ ਕੀਤਾ ਕਿਸੇ ਨੇ ਆਮ ਕਿੱਟ ਲੈ ਕੇ ਹੀ ਪਾਤੀ। ਅੱਛਾ, ਪਹਿਲਾਂ ਕਿਸੇ ਤੋਂ ਹੋਇਆ ਵਾ ਸੀ ਇਹ? ਹਾਂ, ਇਹ ਉਸ ਟੌਪਿਕ ਤੇ ਆਪਾਂ ਆ ਜਾਈਏ ਨਾ, ਮੈਂ ਇਹਦੇ ਬਾਰੇ ਪੜਿਆ ਸੀਗਾ ਜੌਂਡੀਅਰ ਬਾਰੇ। ਜੌਂਡੀਅਰ ਗੋਰੇ ਕਹਿੰਦੇ ਆ ਵੀ ਪਤਾ ਨਹੀਂ ਕਿੰਨੇ ਕਈ ਟਾਈਮ ਬਾਅਦ ਇਹਦਾ ਇੰਜਣ ਜੇ ਕੁਸਮ ਨਹੀਂ ਹੋਇਆ ਤਾਂ ਵੀ ਬਦਲ ਦਿਓ। ਠੀਕ ਹੈ, ਸਲੀਬਾਂ ਤੇ ਰਿੰਗ, ਪੈਸਟਨ ਨੂੰ ਨਹੀਂ ਕੁਝ ਹੁੰਦਾ, ਰਿੰਗ ਸਲੀਬਾਂ ਉਹ ਕਹਿੰਦੇ ਵੈਸੇ ਹੀ ਬਦਲ ਦਿਓ। ਇੱਕ ਅੱਜ ਹੁੰਦੇ ਆ ਦੇ ਟੁਕੜੀਆਂ ਕਹਿੰਦੇ ਵੀ ਕੁਝ ਕਹਿੰਦੇ ਆ, ਇਹ 3 ਚੀਜ਼ਾਂ ਥੋੜਾ ਹੀ ਖਰਚਾ ਆਉਂਦਾ ਵੀ ਬਦਲ ਦਿਓ, ਕਿਉਂਕਿ ਰਿੰਗ ਇਹਦਾ ਨਾ ਚੱਲ ਕੇ ਵੱਢਿਆ ਜਾਂਦਾ ਉਹਦੇ ਕਰਕੇ ਫਿਰ ਤੇਲ ਤੂਲ ਜ਼ਿਆਦਾ ਕਾਲਾ ਕਰਨ ਲੱਗ ਪੈਂਦਾ। ਆਹ ਲਾਜ਼ਮੀ ਆਪਾਂ ਕਰਨਾ, ਇਹ 1000 ਤੋਂ 1300 ਰੁਪਈਆ ਮਹਿੰਗਾ ਇਹਦੇ ਨਾਲ। ਅੱਛਾ, 1000 ਕਈਆਂ ਥਾਵਾਂ ਤੇ 1000 ਰੁਪਈਆ ਮਹਿੰਗਾ, ਕਈਆਂ ਏਜੰਸੀਆਂ 'ਚ ਇਹਦੇ ਨੂੰ 1300 ਰੁਪਈਆ ਇਹ ਅਲੱਗ ਲੈਣਾ ਪੈਂਦਾ, ਇਹ ਕਿੱਟ 'ਚ ਨਹੀਂ ਆਉਂਦਾ। ਅੱਛਾ, ਕਿੱਟ ਇਹਦੀ ਆਉਂਦੀ ਹੈ ਲਗਭਗ, ਕੋਈ ਏਜੰਸੀ ਦਿੰਦੀ ਹੋਵੇ ਉੱਥੇ ਨਾ ਇੱਕ ਉਹ ਪਿਆ ਹੋਊਗਾ ਰਿੰਗ ਇਹਦਾ ਕੱਢਿਆ ਹੋਇਆ। ਆਹ ਹੁਣ ਇਹਦੇ ਪੈਸਟਨ ਆਪਣੇ ਚੱਲ ਸਕਦੇ ਸੀ, ਅਗਲੇ ਦਾ ਖਰਚਾ ਵੱਧ ਜਾਣਾ ਸੀਗਾ, ਇਹਨੂੰ ਕੁਛ ਨਹੀਂ ਹੁੰਦਾ ਗਾ। ਇਹਦੇ ਰੰਗ ਚੇਂਜ ਕਰ ਦੇਣੇ ਸੀ ਆਪਾਂ, ਪਿੰਨਾ ਚੇਂਜ ਕਰ ਦੇਣੀਆਂ ਸੀ, ਪੈਸਟਨ ਇਹੀ ਰੱਖ ਲੈਣੀ, ਸਾਫ ਕਰਕੇ ਪਾ ਦੇਣੀ ਸੀ। ਹੁਣ ਇਹਦੀ ਵਜ੍ਹਾ ਕਰਕੇ ਆਪਾਂ ਨੂੰ ਚੇਂਜ ਕਰਨੇ ਪਏ, ਯਾਨੀ ਕਿ ਪੈਸਟਮ ਚੇਂਜ ਕਰਨ ਦੀ ਲੋੜ ਨਹੀਂ ਸੀ। ਹਾਂ, ਪਰ ਪਹਿਲਾਂ ਚੇਂਜ ਹੋਏਵੇ ਕਰਕੇ ਆਪਾਂ ਨੂੰ ਚੇਂਜ ਕਰਨੇ ਪਏ, ਆਪਾਂ ਨੂੰ ਚੇਂਜ ਕਰਨੇ ਪਏ। ਆ ਇਹਦਾ ਰੰਗ ਆ ਦੇਖੋ ਤੁਸੀਂ, ਉਹ ਕੁਛ ਨਹੀਂ ਹੋਇਆ, ਵੱਡੇ ਗਏ ਪਾਸਿਆਂ ਤੋਂ। ਠੀਕ ਆ, ਇਹਦੀ ਵਜ੍ਹਾ ਕਰਕੇ ਇਹਨੇ ਥੱਲੇ ਤੇਲ ਕਾਲਾ ਜ਼ਿਆਦਾ ਕਰਨ ਲੱਗ ਪੈਣਾ, ਉਹਨਾਂ ਮਗਲੈਲ ਦੀ ਸਰਵਿਸ ਹੁਣੇ ਕੀਤੀ ਆ ਤੇ ਥੋੜੇ ਟਾਈਮ। ਇਹ ਰੰਗ ਤੇ ਟੁਕੜੀਆਂ ਤੇ ਸਲੀਵ, ਇਹ 3 ਚੀਜ਼ਾਂ ਜੇ ਕਿਸੇ ਟਰੈਕਟਰ ਜਿਹਦਾ ਜ਼ਿਆਦਾ ਚੱਲਦਾ, ਜਿਵੇਂ ਆਪਾਂ ਕਹਿ ਦਈਏ ਵੀ ਜਦੋਂ 2 ਜੋੜੀਆਂ ਘਸਾਤੀਆਂ ਟਾਇਰਾਂ ਦੀਆਂ ਜਾਂ 1 ਜੋੜੀ ਘਸਾਤੀ, ਅਗਲੇ ਨੂੰ ਪਤਾ ਜਿਵੇਂ ਹੁਣ ਜਿਹਦਾ ਖੇਤ 'ਚ ਹੀ ਚੱਲਦਾ, ਜਿਹਨੇ 1 ਜੋੜੀ ਘਸਾਤੀ ਇਹ ਚੇਂਜ ਕਰ ਦਿਓ। ਆਪਾਂ ਕਹਿ ਦਿੰਦੇ 10 ਸਾਲ ਨਹੀਂ ਇਹਨੂੰ ਖੁੱਲ੍ਹੇ ਖੁੱਲ੍ਹੇ ਨਾ ਖੁੱਲ੍ਹੇ, ਪਰ ਅਗਲੇ ਦੀ ਮਰਜ਼ੀ ਹੈ, ਜੇ ਚੱਲਦਾ ਵਧੀਆ ਮਗਲੈਲ ਵਧੀਆ ਪਾਉਂਦੇ ਆ। ਇੱਕ ਆਪਾਂ ਜੌਂਡੀਅਰ
ਕਿਸੇ ਗੱਲੋਂ ਕਰਨ ਲੱਗੇ ਆ। ਐਵੇਂ ਨਹੀਂ ਪਹਿਲਾਂ ਉਹ ਬਾਬਾ ਚੰਗਾ ਤੇ ਬਾਅਦ ਚ ਦੂਜਾ ਬਾਬਾ ਚੰਗਾ। ਇਹ ਆ ਜੈਕ ਜੈਕ ਦਿਖਾਇਓ ਇਹਦੇ, ਆ ਇਹਦੇ ਜੈਕ ਲੱਗੇ ਹੋਏ, ਪੈਸਟਨ ਲੈ ਕੇ ਆਈ ਪੁਰਾਣਾ ਚੱਕ ਕੇ। ਇਹ ਜੌਂਡੀਅਰ ਕਹਿੰਦੇ ਨਾ ਬਲੋ ਮਾਰਦਾ, ਇਹਦੇ ਨਵੇਂ ਨੇ ਵੀ ਮਾਰਨੀ ਆ। ਜਿਵੇਂ ਹੁਣ ਆਪਾਂ ਕਿਸੇ ਇਹਦੇ ਵਿੱਚ ਮੈਂ ਸਪਰੇਅ ਪੰਪ ਲੈ ਕੇ ਇੱਥੇ ਪ੍ਰੈਸ਼ਰ ਮਾਰੀ ਚੱਲਾਂ, ਕੁਛ ਨਾ ਕੁਛ ਤਾਂ ਪੈਰ ਥਾਣੀ ਦੀ ਜਿਹੜਾ ਉਹਦਾ ਧੂੰਆਂ ਜਿਹਾ ਬਣੂਗਾ ਉਹ ਨਿਕਲੂਗਾ ਹੀ ਨਾ। ਇਹ ਚ ਤਿੰਨ ਪ੍ਰੈਸ਼ਰ ਜੈਟ ਆ ਉਹ ਜਿਹੜੇ ਇਹਨੂੰ ਹਰ ਟਾਈਮ ਇਹਦੇ ਇੱਥੇ ਵੱਜਦੇ ਰਹਿੰਦੇ ਆ। ਇਹ ਆਪਾਂ ਫਰੰਟ ਆਏ, ਆਹ ਫਰੰਟ ਇਹਦਾ ਇੱਥੇ ਲਿਖਿਆ ਹੋਊਗਾ, ਆਹ ਲਿਖਿਆ ਫਰੰਟ, ਠੀਕ ਹੈ। ਐਂ ਚੱਲਣਾ, ਇਹਦੇ ਆਹ ਥਾਂ ਖਾਲੀ ਆ, ਇਹ ਸਾਰਾ ਇੱਥੋਂ ਥੱਲਿਓਂ ਲਿਬੜਿਆ ਰਹਿੰਦਾ ਹਰ ਟਾਈਮ। ਐਂ ਨਹੀਂ ਗਾ ਵੀ ਇਹਦੇ ਤੇਲ ਨਹੀਂ ਲੱਗਣਾ, ਉਵੇਂ ਤਾਂ ਕਨੈਕਣੇ ਭੇਜਣਾ ਹੀ ਭੇਜਣਾ, ਪਰ ਇਹਦੇ ਹਰ ਟਾਈਮ ਸਾਰੇ ਜਿੰਨਾ ਇਹਦਾ ਹੈੱਡ ਵਿੱਚੋਂ ਅੰਦਰੋਂ ਇਹ ਤੇਲ ਨਾਲ ਲਿਬੜੇ ਰਹਿੰਦਾ ਹਰ ਟਾਈਮ। ਆ ਤਿੰਨੇ ਜੱਟ ਇਹਦੇ ਸਪਰੇਅ ਮਾਰਦੇ ਰਹਿੰਦੇ ਆ। ਮੈਨੂੰ ਯਾਦ ਆ ਇੱਕ ਦਿਨ ਬਰਾੜ ਮੈਨੂੰ ਆਂਦਾ ਗੱਡੀ ਲੈਣੀ ਆ ਕਿਸੇ ਨੇ ਅਮੇਜ, ਹਾਂਜੀ, ਤੇ ਆਖੇ ਬਲੋ ਮਾਰਦੀ ਆ। ਮੈਂ ਯਾਰ ਮੈਂ ਤਾਂ ਚੈੱਕ ਨਹੀਂ ਕੀਤੀ, ਤੇ ਆਂਦਾ ਆਖੇ ਉਹ ਮੈਨੂੰ ਕਿਸੇ ਨੇ ਦੱਸਿਆ ਵੀ ਉਹ ਇੰਜਣ ਆਉਂਦਾ ਹੀ ਬਲੋ ਮਾਰਦਾ ਰਹਿੰਦਾ। ਅੱਛਾ, ਓ ਹਾਂ, ਇਹ ਨਵਾਂ ਇਹਨੇ ਵੀ ਐਂ ਲੱਗਣਾ ਵੀ ਜਿਵੇਂ ਬਲੋ ਮਾਰਦਾ ਹੁੰਦਾ, ਜਿਵੇਂ ਧੁੱਪੇ ਖੜਾ ਐਂ ਲੱਗੂਗਾ ਬਲੋ ਮਾਰਦਾ, ਪਰ ਉਹ ਬਲੋ ਨਹੀਂ ਗੀ, ਇਹਦੀ ਭਾਫ ਆ। ਜਿਵੇਂ ਆਪਾਂ ਜਦੋਂ ਇਹਨੂੰ ਸਰਵਿਸ ਕੀਤੀ ਨੂੰ ਤਾਜ਼ਾ ਤਾਜ਼ਾ ਚਲਾਈਏ ਤਾਂ ਇਹਦੇ ਮਹਿਕ ਜੀ ਆਉਂਦੀ ਰਹਿੰਦੀ ਆ, ਤੇ ਜਦੋਂ ਇਹ ਥੋੜਾ ਜਿਹਾ ਤੇਲ ਇਹਦਾ ਚੱਲੇ ਨੂੰ ਹੋ ਗਿਆ, ਮੰਨ ਲਓ ਵੀ ਇਹ ਸਰਵਿਸ ਦੇ ਨੇੜੇ ਆ, ਉਦੋਂ ਇਹ ਜਿਵੇਂ ਮਗਲੈਲ ਮੱਚਦਾ ਹੁੰਦਾ ਆਪਾਂ ਨੂੰ ਐਂ ਸਮੈਲ ਆਉਂਦੀ ਇਹਦੇ ਕੋਲ ਕਰਦਾ ਰਹਿੰਦਾ ਇਹਦੀ ਹੰਢਾਈ ਦਾ, ਤੇ ਜਾਂ ਇਹ ਜਿਵੇਂ ਘੱਟ ਟੈਂਪਰੇਚਰ ਚੱਕਣ ਦਾ ਵੀ ਰਾਜ। ਇਹ ਮੈਨੂੰ ਐਂ ਨਹੀਂ ਪਤਾ ਆਪਾਂ ਬੈਸੀ ਜਾਈਏ ਵੀ ਇਹ ਏਸੇ ਇਕੱਲੇ ਟਰੈਕਟਰ 'ਚ ਆਉਂਦਾ ਜਾਂ ਹੋਰ ਟਰੈਕਟਰ ਦੇ ਵੀ ਆਉਂਦਾ, ਹੋ ਸਕਦਾ ਹੌਲੈਂਡ ਦੇ ਆਉਂਦਾ ਹੋਵੇ, ਕਹਿ ਨਹੀਂ ਸਕਦੇ, ਪਰ ਮੈਨੂੰ ਨਹੀਂ ਪਤਾ, ਪੁੱਛ ਲਾਂਗੇ, ਨੌਲੇਜ ਨਹੀਂ, ਕਿਉਂਕਿ ਇਹ ਤਾਂ ਜੇ ਹੁਣ ਕਿਸੇ ਨੇ ਆਏ ਮੈਨੂੰ ਖੋਲ੍ਹਦੇ ਕੱਸਦੇ ਨੂੰ ਵੇਖ ਲਿਆ, ਇਹ ਬੰਦਾ ਆਪ ਕੰਮ ਕਰ ਸਕਦਾ ਇਹਦਾ, ਕੋਈ ਇਹਦਾ ਬਾਹਲਾ ਵੱਡੀ ਨਹੀਂ ਗੱਲ। ਇਹ ਬਣਾ ਵੀ ਦੇਵਾਂਗੇ ਵੀਡੀਓ ਜੇ ਕੋਈ ਕਹੂਗਾ, ਜਿਵੇਂ ਆਹ ਸੰਦੀਪ ਨੇ ਦੋ ਵਾਰਾ ਮੇਰੇ ਨਾਲ ਖੋਲ੍ਹ ਲਿਆ, ਇਹਦਾ ਕੋਈ ਇਹ ਇਹਨੂੰ ਛੋਟਾ ਜਵਾਕ ਵੀ ਕੰਮ ਕਰ ਸਕਦਾ, ਠੀਕ ਹੈ। ਜਿਉਂ ਡੀਆ ਰਹਿ ਜਾ, ਕੋਈ ਚੀਜ਼ ਕੋਈ ਐਪ ਜੀ ਨਹੀਂ ਗੀ ਵੀ ਜਿੱਥੇ ਕੱਸਣਾ ਖੋਲ੍ਹਣਾ ਔਖਾ ਹੋਊਗਾ। ਇਹ ਨਰਪੈਰ ਕਰਨਾ ਆਪਾਂ ਇੰਜਣ ਸਹੀ ਤੇ ਪਿੱਛੋਂ ਵੀ ਇਹਨੂੰ ਸਾਰਾ ਲੰਡਾ ਕੀਤਾ ਪਿਆ ਏ, ਇਹ ਕਾਹਦੇ ਵਾਸਤੇ? ਇਹ ਨਾ ਬਈ ਇਹ ਤੋਂ ਕੰਮ ਬਹੁਤ ਲੈਂਦੇ ਸੀ, ਉਹ ਟਿੱਬਿਆਂ ਟੁੱਬਿਆਂ ਦਾ ਕੰਮ ਆ, ਜਿਵੇਂ ਰੇਤ ਵਾਲੇ ਏਰੀਆ ਜਿਵੇਂ ਆਪਣੇ ਖੇਤ ਆ, ਠੀਕ ਹੈ, ਉਵੇਂ ਦੇ ਇਹਨੇ ਟਾਪੂ ਵਾਹਵਾ ਲਾਏ ਹੋਏ ਆ, ਇਹਦੀ ਸ਼ੋਸ਼ਾ ਟੁੱਟੀ ਆ ਸਾਰੀ, ਠੀਕ ਹੈ। ਮੜਗਾੜ ਤਾਂ ਉਹ ਪਿਆ ਜ਼ਿਆਦਾ ਖਰਾਬ ਆ, ਠੀਕ ਹੈ। ਮੈਨੂੰ ਕਈ ਬੰਦੇ ਕਹਿੰਦੇ ਮੜਗਾੜ ਕਾ ਤੋਂ ਕਹਿੰਦਾ ਮੜਗਾੜ, ਸਹੀ ਨਾਂ ਤਾਂ ਮੜਗਾੜ ਹੀ ਹੁੰਦਾ, ਸਹੀ ਮੈਨੇ ਸਾਈਲੈਂਸਰ ਹੁੰਦਾ, ਉਹ ਜੈਤਾ ਜੀ ਦੱਸ ਦੋ ਕਹਿੰਦਾ ਮੱਡ ਮਿੱਟੀ ਤੋਂ ਗਾਰਡ ਕਰਨ ਵਾਲਾ ਮੜਗਾੜ, ਤੇ ਇਹਦੀ ਸ਼ੋਸ਼ਾ ਸਾਰੀ ਟੁੱਟੀ ਹੋਈ ਸੀ। ਉਹ ਮੈਂ ਤੁਹਾਨੂੰ ਫੋਟੋ ਭੇਜ ਦੂੰਗਾ, ਉਹ ਆਪਾਂ ਮੰਗਾਈ ਆ ਏਜੰਸੀ 47,000 ਦੀ। ਅੱਛਾ, ਸ਼ੋ? ਹਾਂ, ਉਹ ਤੇ ਡਿਸਕਾਊਂਟ ਚੱਲਦਾ ਸ਼ੋ ਤੇ ਮੜਗਾੜ, ਸ਼ੋ ਮੜਗਾੜ ਤੇ ਆ ਜੇ ਮੂਰਲਾ ਹਾਫ, ਠੀਕ ਆ, ਫਰੰਟ ਆ ਜਿਹੜੇ ਫੈਂਡਰ ਨਹੀਂ ਹੈਗੇ ਉਹਦੇ ਵਿੱਚ, ਇਹ 55-57 ਦੇ ਵੱਖਰੇ ਲੈਣੇ ਪੈਣੇ। ਇਹ ਕੰਪਨੀ ਨੇ ਬੜਾ ਗਲਤ ਕੰਮ ਕੀਤਾ, ਆ ਜਿਹੜੀ ਚੀਜ਼ ਹੁੰਦੀ ਇੱਥੇ ਇਹ ਕੈਟ ਤੋਂ ਪਾਸੇ ਆ। ਅੱਛਾ, ਜਿਹਦੇ ਕੋਲੇ ਹੈਗੀ ਉਹ ਹੁਣ ਲੋੜ ਆ। ਹਾਂ, ਉਹ ਜਿਵੇਂ ਆਪਾਂ ਹੁਣ ਕਈ ਮੈਂ ਜੇ ਆਮ ਮਗਰਾੜਾਂ ਦਾ ਰੇਟ ਪੁੱਛਿਆ ਪਟਿਆਲਿਓਂ, 30-35,000 ਰੁਪਈਆ ਚੰਗੇ ਮਗਰਾੜਾਂ ਦਾ ਮੰਗਦੇ ਆ, ਤੇ ਉਹ ਆਪਾਂ ਨੂੰ ਸਣੇ ਕੈਟ ਸਾਰਾ ਕੁਝ 47,000 ਰੁਪਈਆ ਦੇਣਾ ਪੈਣਾ। ਉਹ ਚ ਸ਼ੋ ਆ ਜਿੰਨੀਆਂ ਚੀਜ਼ਾਂ ਆਈਆਂ, ਮੈਂ ਸਾਰੀ ਵੀਡੀਓ ਪਾ ਦੂੰਗਾ, ਠੀਕ ਆ। ਜੇ ਕਿਸੇ ਬੰਦੇ ਨੇ ਜਿਵੇਂ ਜੌਂਡੀਅਰ ਦਾ ਸ਼ੌਕੀਨ ਆ ਕੰਮ ਕਰਨਾ, ਹਰੇਕ ਚੀਜ਼ ਕੰਪਨੀ ਨੇ ਵਿੱਚ ਉਵੇਂ ਪੈਕ ਕਰਕੇ ਭੇਜੀ। ਆਹ ਕੱਲਾ ਫੈਂਡਰ ਦਾ ਹੈ, ਜ਼ਿਆਦਾ ਟੁੱਟਦਾ ਸੀਗਾ, ਠੀਕ ਹੈ। ਆਮ ਨਾ ਇਹ ਜਦੋਂ ਆਪਾਂ ਚੜ੍ਹਦੇ ਹਾਂ ਹੱਥ ਪਾ ਕੇ ਜਾਂ ਸ਼ੋ ਜ਼ਿਆਦਾ ਚੱਕ ਦਿੰਦੇ ਹਾਂ ਜਾਂ ਕੋਈ ਚੀਜ਼, ਇਹ ਟੁੱਟਦੇ ਆ, ਇਹ ਚੀਜ਼ ਜ਼ਿਆਦਾ ਮੰਗਦੇ ਆ ਲੋਕੀ, ਉਹਨਾਂ ਨੇ ਇਹਦਾ ਪ੍ਰਾਈਜ਼ ਵੱਖਰਾ ਰੱਖਿਆ ਹੋਇਆ, ਇਹ 5,500 ਦੇ ਇਕੱਲੇ ਦਿੱਤੇ ਉਹਨਾਂ ਨੇ। ਅੱਛਾ, ਹਾਂ, ਤੇ ਇਹਦੇ ਬਦਲ ਦੇਣੇ। ਇੱਕ ਨਾ ਜਿੰਨੇ ਵੀ ਆਪਣੇ ਜੌਂਡੀਅਰ ਵਾਲੇ ਬਾਈ ਆ, ਜਿੰਨੇ ਵੀ ਇੱਥੇ ਨਾ ਇਹਦੇ ਲੈਫਟ ਫਿਲਟਰ ਆਪਾਂ ਚੇਂਜ ਕਰਨਾ ਹੀ ਕਰਨਾ ਸਰਵਿਸ 'ਚ, ਇੱਕ ਇਹਦੇ ਇੱਥੇ ਲੋਹੇ ਦਾ ਫਿਲਟਰ ਹੁੰਦਾ 13-2 ਨਟ ਖੋਲ੍ਹ ਕੇ, ਜਿਹੜੀ ਉਹ ਪਲੇਟ ਲੱਗੀ ਹੋਈ ਆ ਤੇ ਕੋਲੀ ਜੀ, ਹਾਂ, ਮੂਹਰੋਂ ਨੀਵਾਂ ਕਰ ਲਓ ਇਹਨੂੰ, ਕਿਸੇ ਨੀਵੇਂ ਥਾਂ ਤੇ ਤਾਰ ਕੇ ਜੋ ਤੇਲ ਅੱਗੇ ਜਾ ਵੜਿਆ ਉਹ ਫਿਲਟਰ ਕੱਢ ਕੇ ਲਾਜ਼ਮੀ ਸਾਫ਼ ਕਰ ਦਿਓ, ਠੀਕ ਆ। ਉਹ ਜਿਵੇਂ ਆਮ ਪਹਿਲਾਂ 25-11 HMT 'ਚ ਹੁੰਦਾ ਸੀਗਾ, ਪੱਤੀਆਂ ਹੀ ਆ, ਹਾਂ ਹਾਂ, ਇਹ ਜੇ ਚੇਂਜ ਕਰਨਾ ਚੇਂਜ ਵੀ ਕਰ ਸਕਦੇ, ਨਹੀਂ ਤਾਂ ਸਾਫ਼ ਕਰਕੇ ਕੇਰਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਪਾ ਸਕਦੇ ਆ। ਆਹ ਦੇਖੋ ਤੁਸੀਂ ਕਿਵੇਂ ਕਿੰਨਾ ਚਮਕਦਾ, ਕਿਹੜਾ ਮਾਡਲ ਆ ਤੇ ਕੀ ਵਿੱਚੋਂ ਕੰਡੀਸ਼ਨ ਆ। ਇੱਕ ਮੈਂ ਸੁਣਿਆ ਜੈਨਲੈਸ ਹੁੰਦਾ ਇਹ ਨਾ, ਜਿਵੇਂ ਹੌਲੈਂਡ ਆ, ਆਪਾਂ ਉਸ ਚੀਜ਼ ਦੀ ਤੁਹਾਨੂੰ ਮੈਂ ਦੱਸਾਂ, ਆਪਾਂ ਬਾਹਲੇ ਵਾਰੀ ਕਹਿੰਦੇ ਚੰਗੇ ਨਹੀਂ ਲੱਗਦੇ, ਜਿਹੜੀ ਚੀਜ਼ ਤਰੀਫ ਦੇ ਕਾਬਲ ਆ ਉਹਦੀ ਫ੍ਰੀ 'ਚ ਵੀ ਕਰਨੀ ਆ, ਤੇ ਜਿਹੜੀ ਕਾਬਲ ਨਹੀਂ ਗੀ ਨਿੰਦਿਆ ਉਹਦੀ ਠੋਕ ਵਜਾ ਕੇ ਕਰਨੀ ਆ। ਇਹ ਇਹਦੇ 'ਚ 90% ਸਟੀਲ ਆ, ਠੀਕ ਆ, ਇਹਦਾ ਜਿਹੜਾ ਮਟੀਰੀਅਲ ਬਣਦਾ, ਚੀਜ਼ ਐਕਸੀਡੈਂਟਾਂ 'ਚ ਜਾਂ ਹੋਰ ਚੀਜ਼ਾਂ 'ਚ ਟੁੱਟ ਹਰ ਕੋਈ ਚੀਜ਼ ਜਾਂਦਾ, ਐਂ ਨਹੀਂ ਵੀ ਇਹ ਟੁੱਟਦਾ ਨਹੀਂਗਾ,
ਹਾਲੈਂਡ ਦਾ ਤੇ ਇਹਦਾ ਫੇਸ ਇੰਨਾ ਸਾਫ਼ ਹੁੰਦਾ, ਜੇ ਤੁਸੀਂ ਜੈਨ ਨਾ ਵੀ ਲਾਓਗੇ ਕਿਤੇ ਗਰੀਸ ਲਾ ਕੇ ਪਾ ਦੋਗੇ, ਐਂ ਨੀ ਵੀ ਇਹਦੇ ਜੈਨ ਹੈ ਨੀਗਾ, ਪੈਂਦਾ ਹੈੱਡ ਗੈਸਕਟ ਪੈਣਾ ਇਹਦੇ ਸਨ ਚ, ਪਰ ਇਹਦਾ ਫੇਸ ਇੰਨਾ ਸਾਫ਼ ਆ। ਆਹ ਦੇਖੋ ਤੁਸੀਂ ਕਿਹੜਾ ਮਾਡਲ ਆ, 2003 ਮਾਡਲ ਆ ਇਹ, ਇਹਦਾ ਫੇਸ ਇੰਨਾ ਸਾਫ਼ ਆ। ਜੇ ਇਹਦੇ ਨਾਲ ਦੂਜਾ ਹੈੱਡ ਐਂ ਚਪਕਾ ਦੋਗੇ, ਭੋਰਾ ਵੀ ਗਰੀਸ ਲਾ ਕੇ ਐਂ ਚਮੇੜ ਦੇਗੇ ਨਾ, ਕਿਸੇ ਵੀ ਥਾਂ ਤੇ ਇਹੋ ਜਿਹੀ ਜਗ੍ਹਾ ਨੀ ਰਹਿੰਦੀ ਜਿੱਥੇ ਗਰੀਸ ਨੀ ਜਾਂਦਾ, ਇੰਨਾ ਸਾਫ਼ ਹੁੰਦਾ। ਤਾਂ ਕਰਕੇ ਉਹਦੇ ਵੀ ਇਹੀ ਇਹੋ ਜਿਹੀ ਕੁਆਲਿਟੀ ਆ ਹਾਲੈਂਡ ਦੇ ਵੀ। ਆ ਤੁਸੀਂ ਇਹਦਾ ਡਿਜ਼ਾਈਨ ਕਿੰਨਾ ਸੋਹਣਾ ਕੀਤਾ ਕੰਪਨੀ ਨੇ, ਹੈ ਆ ਤੁਸੀਂ ਜੇ ਅਸੀਂ ਇਹਨੂੰ ਸਮਾਨ ਸਾਰਾ ਪ੍ਰੋਪਰ ਹੋਵੇ, ਇਹਨੂੰ ਸੁਬਾ ਲੱਗੇ ਤੇ ਸ਼ਾਮ ਨੂੰ ਇਹਨੂੰ ਸਟਾਰਟ ਕਰ ਸਕਦੇ। ਠੀਕ ਹੈ, ਇਹਨੂੰ ਅਸੀਂ ਕੱਲ੍ਹ ਲੱਗੇ ਹਾਂ ਟਰੈਕਟਰ ਨੂੰ, ਇਹਦਾ ਸਮਾਨ ਉਹ ਪੈਸਟਨ ਸਪੈਸ਼ਲ ਮੰਗਾਉਣੇ ਪਏ, ਪਹਿਲਾਂ ਆਰਡਰ ਦਿੱਤਾ ਇੱਕ ਕੈਟ ਦਾ ਆਰਡਰ ਦਿੱਤਾ ਸੀਗਾ, ਉਹ ਪੈਸਟਨ ਕੱਲ੍ਹ ਆਏ ਆ, ਹੁਣ ਅਸੀਂ ਇਹਨੂੰ ਲੱਗੇ ਹਾਂ, ਕੱਲ੍ਹ ਲੱਗੇ ਸੀ ਅਸੀਂ, ਤੇ ਅੱਜ ਇਹਨੂੰ ਸ਼ਾਮ ਤੱਕ ਤੁਹਾਨੂੰ ਸਟਾਰਟ ਕਰਕੇ ਵੀਡੀਓ ਪਾ ਦਾਂਗੇ। ਠੀਕ ਆ, ਇਹੋ ਜਿਹਾ ਕੰਮ ਇਹਦਾ, ਜਿਹੜੀ ਆ ਸਾਰਾ ਕੁਝ ਇਹਦੇ ਜਿੰਨਾ ਆ ਵਾਟਰ ਵਾਡੀ ਖੋਲਣੀ, ਆਪਾਂ ਵਾਟਰ ਵਾਡੀ ਖੋਲਣੀ। ਠੀਕ ਹੈ, ਤਾਂ ਇਹਦਾ ਫੈਣਾ, ਹੋਰ ਨੀ ਕੋਈ ਗੱਲ। ਆਹ ਦੇਖੋ ਤੁਸੀਂ ਬ੍ਰੇਕ ਸਿਸਟਮ, ਹੁਣ ਤਾਂ ਨੰਗਾ ਇਹ, ਇਹਦੇ ਵਿੱਚ ਕੁਛ ਵੀ ਨੀ ਗਾ, ਕੋਈ ਫਾਲਤੂ ਚੀਜ਼ ਨੀ ਕੋਈ। ਤੁਸੀਂ ਜਿੰਨੇ ਮਰਜ਼ੀ ਹੁਣ ਵੀ ਟਰੈਕਟਰ ਆਉਂਦੇ ਨਾ, ਇੱਕ ਬ੍ਰੇਕ ਨੱਪੋਗੇ ਲਾਈਟ ਨੀ ਜਗਦੀ, ਨਹੀਂ ਜਗਦੀ ਨਾ ਬ੍ਰੇਕ, ਇਹਦੇ ਦੋਨੇ ਲਾਈਟਾਂ ਜਗਣ। ਆਹ ਪੈਡਲ ਨੱਪੋਗੇ ਤਾਂ ਵੀ ਦਿੱਤੀ ਸੀ, ਤੁਸੀਂ ਕੁਆਲਿਟੀ ਦੇਖੋ। ਛੋਟੀ ਜੀ ਆ, ਪਰ ਜਿਹੜੇ ਬੰਦੇ ਨੇ ਤਿਆਰ ਐਂਡੀ ਕੀਤੀ ਹੈ ਵੀ ਅੰਦਰਲੀ ਬ੍ਰੇਕ ਨੱਪੀ ਤਾਂ ਵੀ ਮਗਰਲੀ ਬ੍ਰੇਕ ਲਾਈਟ ਜਾਗੂਗੀ, ਬਾਹਰਲੀ ਨੱਪੀ ਤਾਂ ਵੀ। ਤੁਸੀਂ ਆ ਡਿਜ਼ਾਈਨ ਕਿਹੜੇ ਹਿਸਾਬ ਨਾਲ ਕੀਤਾ, ਕੋਈ ਗੰਦ ਪੈ ਲੈਣੀ ਇੱਥੇ ਕੋਈ ਵੀ ਚੀਜ਼ ਆ। ਇਹਦਾ ਜੇ ਕੋਈ ਬੰਦਾ ਜਿਵੇਂ ਮਸ਼ੀਨਾਂ ਦਾ ਕੰਮ ਕਰ ਲੈਂਦਾ, ਜਿਵੇਂ ਘਰੇ ਮਸ਼ੀਨ ਤੂੜੀ ਵਾਲੀ ਦਾ ਕਰ ਲਿਆ, ਉਹ ਬੰਦੇ ਨੇ ਜੌਂਡੀਆ ਰੱਖਿਆ, ਉਹਨੂੰ ਕੱਲੀਆਂ ਵੀਡੀਓ ਵੇਖ ਵੇਖ ਕੇ ਇਹਦਾ ਕੰਮ ਕਰ ਸਕਦਾ। ਇਹਦੀ ਆਪਾਂ ਹੁਣ ਮੈਂ ਤੁਹਾਨੂੰ ਦੱਸਿਆ ਤਲਵੰਡੀ ਮੇ ਬਹੁਤ ਕੰਮ ਰਹਿੰਦੇ ਆ, ਆਪਾਂ ਇਹਦੀ ਨਾ ਇੰਜਣ ਦੀ ਪੂਰੀ ਵੀਡੀਓ ਕਰ ਦਾਂਗੇ। ਠੀਕ ਆ, ਇੱਕ ਸਪੈਸ਼ਲ ਵੀ ਕਿਵੇਂ ਬੰਨਣਾ ਇਹਨੂੰ, ਕੀ ਕਿਹੜਾ ਕਿਹੜੀ ਚੀਜ਼ ਕਿੱਥੇ ਪੈਣੀ ਆ, ਜਿਵੇਂ ਜਿਵੇਂ ਐਂ ਨੀਗਾ ਵੀ ਹਿੰਦੂ ਵਾਲਿਆਂ ਨੂੰ ਅੱਧੀਆਂ ਚੀਜ਼ਾਂ ਆਪਾਂ ਦੱਸਣੀਆਂ ਨੀ, ਜਿਹੜੀ ਜਿਹੜੀ ਚੀਜ਼ ਜਿਵੇਂ ਪੈਂਦੀ ਉਵੇਂ ਦੱਸਾਂਗੇ ਸਪੈਸ਼ਲ। ਬਾਕੀ ਇਹਦੇ ਚ ਮੇਰੇ ਖਿਆਲ ਤੇ ਅਲਟੀਨੇਟਰ ਤਾਂ ਵੈਸੇ ਬਾਹਰ ਦਾ ਲੱਗਿਆ ਵਾ ਕਿ ਕੰਪਨੀ ਦੇ ਆ। ਨਹੀਂ ਇਹਦਾ ਨਹੀਂ, ਇਹਦੇ ਮੁੱਕੀ ਵਾਲਾ ਆਉਣਾ ਹੁੰਦਾ ਜੀ, ਡੈਂਸੋ ਦਾ, ਇਹ ਤਾਂ ਬਾਅਦ ਚ ਲਾਇਆ। ਹਾਂ ਇਹ ਬਾਅਦ ਚ ਲੱਗਾ, ਟੀਵੀਐਸ ਦਾ ਲੱਗਾ ਲੱਗਿਆ ਵਾ, ਪਰ ਉਹ ਅਲਟੀਨੇਟਰ ਇਹਦਾ ਪੂਰਾ ਹੈਵੀ, ਸ਼ੁਰੂ ਤੋਂ ਹੀ ਹੈਵੀ ਆਉਂਦਾ ਸੀ। ਹਾਂ ਉਹ ਡੈਂਸੋ ਕੰਪਨੀ ਦਾ ਆਉਂਦਾ ਜੀ, ਉਹ ਸਮਾਨ ਨਹੀਂ ਮਿਲਦਾ ਸੀਗਾ। ਅੱਛਾ, ਉਹ ਹੁਣ ਜਿਹੜਾ ਕੰਪਨੀ ਦਿੰਦੀ ਆ ਲੁਕਸ ਦਾ, ਹੁਣ ਉਹ ਟੀਵੀਐਸ ਤੇ ਲੁਕਸ ਇੱਕੋ ਹੀ ਆ। ਹਾਂ ਇਹਦੇ ਇੱਥੋਂ ਇਹ ਜਿਹੜੀ ਇਹਦੀ ਅੱਜ ਤੁਹਾਡੀ ਵੀਡੀਓ ਨੀ ਆਈਗੀ, ਤੁਸੀਂ ਆਉਂਦੇ ਸੀਗੇ ਉਹ ਟਰੈਕਟਰ ਆਰਪੀਐਮ ਡਾਊਨ ਕਰੀ ਜਾਂਦੇ ਜਦੋਂ ਡੈਕ ਚਲਾਉਣੇ ਆ, ਇਹਦੇ ਕੰਪਨੀ ਨੇ ਇੱਥੋਂ ਦਿੰਦਾ ਜੀ ਆਰਪੀਐਮ, ਆਹ ਇਹਦੇ ਸੈਂਸਰ ਲੱਗਾ ਹੋਇਆ ਉਹ। ਅੱਛਾ, ਇਹਦੇ ਹੁਣ ਤਾਂ ਅਲਟੀਨੇਟਰ ਚ ਹੋ ਗਿਆ ਨਾ, ਹੁਣ ਅਲਟੀਨੇਟਰ ਚ ਆ ਗਿਆ, ਪਹਿਲਾਂ ਇੱਥੇ ਹੁੰਦਾ ਸੀਗਾ। ਅੱਛਾ, ਯਾਨੀ ਕਿ ਇਹਦੇ ਆਮ ਟਰੈਕਟਰਾਂ ਦੇ ਪਹਿਲਾਂ ਤਾਰ ਹੀ ਜਾਂਦੀ ਸੀ ਜਿਹੜੇ ਇਹਦੇ ਨਾਲ ਦੇ ਆ ਜੰਮੇ ਪਲੇ। ਹਾਂ, ਤੇ ਇਹਨਾਂ ਦੇ ਉਦੋਂ ਵੀ ਸੈਂਸਰ ਆ ਗਿਆ ਇਹਦੇ। ਇਹ ਨਾ ਬਈ ਮੈਨੂੰ ਦੁੱਖ ਇਸ ਗੱਲੋਂ ਹੁੰਦਾ ਵੀ ਅੱਗੇ ਨਾ ਇਹ ਸਾਰੀਆਂ ਕੰਪਨੀਆਂ ਹੀ ਨਾ ਹੌਲੀ 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 ਪਾਸੇ ਪਤਾ ਨਹੀਂ ਕਾਹਤੋਂ ਕੁਆਲਿਟੀ ਵਾਲੇ ਪਾਸੇ ਨਹੀਂ ਰਹਿੰਦੀ ਗੀ ਕੰਪਨੀ, ਇਹ ਵੀ ਉਹ ਕੰਮ ਹੀ ਕਰਨ ਲੱਗ ਗਏ, ਕੁਆਲਿਟੀ ਤੋਂ ਪਿੱਛੇ ਹਟਦੇ ਜਾਂਦੇ ਆ। ਅੱਛਾ, ਕਈ ਬੰਦੇ ਤਾਂ ਕਹਿੰਦੇ ਅੱਗੇ ਨੂੰ ਹੈਵੀ ਕਰਤਾ, ਇਹ ਐਂ ਕਰਤਾ, ਜਿਉਂ ਕਰਤਾ, ਪਰ ਇਹ ਤੁਸੀਂ ਇਹਦੇ ਪੈਡਲਾਂ ਤੋਂ ਲੈ ਕੇ ਉਹਦੇ ਪੈਡਲਾਂ ਤੇ, ਇਹਦੇ ਪੈਡਲਾਂ ਚ ਤੇ ਉਹਦੇ ਪੈਡਲਾਂ ਚ ਦਿਨ ਰਾਤ ਦਾ ਫਰਕ ਦੇਖਿਆ ਆਪਾਂ ਅੱਗੇ, ਉਹ ਤੂੰ ਇੱਕ ਕੌਲੀ ਜੀ ਵੀ ਵਿਖਾਈ ਸੀ ਇੱਕ ਵਾਰੀ। ਹਾਂ ਇਹਦੇ ਵੀ ਇਹਦੇ ਚ ਮੈਨੂੰ ਨਾ ਹੁਣ ਮੈਂ ਤੁਹਾਨੂੰ ਦੱਸਣਾ ਸੀਗਾ ਜਿਹੜਾ ਇਹਦੇ ਆਉਂਦਾ ਸੀਗਾ, ਤੁਸੀਂ ਮੈਨੂੰ ਦੱਸਿਆ ਵੀ ਉਹ ਨੋਟ ਕਰ ਲਿਆ ਕਰ, ਕਈ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਹੋਣ ਵਾਲਿਆਂ ਚ ਉਹ ਬਹੁਤ ਸੋਚਣਾ ਚ ਆਉਂਦਾ ਵੀ ਇਹ ਕੰਮ ਕਾਹਤੋਂ ਕੀਤਾ ਕੰਪਨੀ ਨੇ। ਚਲੋ ਬਾਕੀ ਐਂ ਹੁੰਦਾ ਹੈ, ਮੇਰੇ ਦਿਮਾਗ ਸੀ ਹੁਣੇ, ਹਾਂ ਸੱਚ ਤੁਹਾਨੂੰ ਮੈਂ ਦੱਸਦਾ ਆ ਗਈ ਮੇਰੇ ਦਿਮਾਗ 'ਚ, ਆਹ ਦੇਖਿਓ ਇਹ ਜਦੋਂ ਕਿ ਆਪਾਂ ਲਿਆ ਸੀ ਟਰੈਕਟਰ ਜੌਂਡੀਅਰ, ਆਪਾਂ ਕਹਿੰਦੇ ਹੁੰਦੇ ਸੀ ਇਹਨੂੰ ਸ਼ੋਅ ਨਹੀਂ ਲਾਉਣੀ ਪੈਂਦੀ ਇਹਦੀ, ਇਹ ਕੰਪਨੀ ਨੇ ਨਾ ਇਕੱਲੀ ਇਕੱਲੀ ਵੈਰ ਲਾਉਣ ਵਾਸਤੇ ਆ ਰਬੜ ਨੱਪੀ ਹੋਈ ਸੀ ਦੋ ਨਟਾਂ 'ਚ, ਆਹ ਵੈਰ ਇੱਥੋਂ ਦੀ ਲੰਘ ਗਈ, ਸਪੇਸ ਤਾਂ ਨਹੀਂ ਬਚੀ, ਆ ਇੱਧਰ ਦੀ ਲੰਘ ਗਈ, ਜਦੋਂ ਇੰਨਾ ਨਟ ਜ਼ਿਆਦਾ ਹੋਰ ਕੱਸਦੇ ਜਾਂ ਗਰੀਸ ਗਰੂਸ ਲਾ ਕੇ ਪਾ ਦਾਂਗੇ। ਜਿਹੜਾ 11 ਮਾਡਲ ਆ ਉਹਦੇ ਵਿਖਾਉਣਾ ਤੁਹਾਨੂੰ ਮੈਂ ਅੱਜ, ਉਹ ਆਪਣੇ ਪੰਜਾਬੀ ਬੰਦੇ ਡੰਡ ਲਾਉਂਦੇ ਆ ਯਾਰ, ਗੋਰੇ ਨਹੀਂ ਕੰਪਰੋਮਾਈਜ਼ ਕਰਦੇ ਕਿਸੇ ਵੀ ਚੀਜ਼, ਮੈਨੂੰ ਜਿਹੜੇ ਗੱਲ ਤਾਂ ਇਹ ਨਿੱਕੀ ਜੀ ਆ, ਕੋਈ ਬੜੀ ਵੱਡੀ ਗੱਲ ਨਹੀਂ ਗੀ ਵੀ ਇਹ ਮਿੱਟੀ ਘੱਟਾ, ਪਰ ਉੱਥੋਂ ਦੀ ਜੇ ਉਵੇਂ ਕੀਤਾ ਹੁੰਦਾ ਤੇ ਫਿਰ ਬਹੁਤ ਆ। ਨੋਟ ਕਰਨ ਵਾਲੇ ਤਾਂ ਕਰਦੇ ਹੀ ਆ, ਜਿਹਨੇ ਕਰਨਾ ਉਹਨੇ ਕਰਨਾ, ਜਿਹਨੇ ਨਹੀਂ ਕਰਨਾ। 26-8-24 ਹੈ, ਆਹ ਦੇਖੋ
ਹੁਣ ਦੇਖੋ ਉਹ ਗੈਪ ਹੈਗਾ ਹੁਣ ਤਾਂ ਇੱਕ ਨਾ ਟਰੈਕਟਰ ਹੋਰ ਆਇਆ ਸੀ ਉਹ ਮੈਨੂੰ ਆਂਦਾ ਬਾਈ ਤਾਰ ਬੈਟਰੀ ਤੋਂ ਨਹੀਂ ਪਾਉਣੀ ਸੀਆਰਡੀ ਦੀ ਇੱਥੋਂ ਦੀ ਸਾਈਡ ਦੀ ਪਾਉਣੀ ਆਪਾਂ ਬੈਟਰੀ ਤੋਂ ਚੱਕਣੀ ਆ ਉਹਦੇ ਸਾਈਡ ਤੇ ਗੈਪ ਸੀਗਾ ਹੁਣ ਅੱਛਾ ਆਂਦਾ ਕੋਈ ਨਾ ਨੰਦਾ ਨੰਦਾ ਲਾ ਲਾਂਗੇ ਨੰਦਾ ਹੀ ਕਹਿੰਦੇ ਹੁੰਦੇ ਨਾ ਉਹਨੂੰ ਕੀ ਹਾਂ 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 ਆਂਦਾ ਉਹ ਲਾ ਲਾਂਗੇ ਹਾਂ ਇਹ ਜੇ ਪ੍ਰੋਪਰ ਇਹਦੀ ਫਿਟ ਇਹ ਆ ਚੀਜ਼ਾਂ ਇਹਦੀਆਂ ਹੁਣ ਮਿਲ ਜਾਂਦੀਆਂ ਜਿਹੜੀ ਰਬੜ ਰੁਬੜ ਜੀ ਆਉਂਦੀ ਆ ਇਹ ਜਦੋਂ ਧੋਣੇ ਆ ਨਾ ਸਭ ਤੋਂ ਵੱਡੀ ਦਿੱਕਤ ਆਉਂਦੀ ਆ ਲਹਿ ਜਾਂਦੀ ਆ ਠੀਕ ਆ ਆਹ ਜਿਹੜੀ ਰਬੜ ਆ ਪਰ ਇਹਦਾ ਇਹਦਾ ਫਿਫੋ ਫਾਇਦਾ ਬਹੁਤ ਜ਼ਿਆਦਾ ਆ ਥੋੜਾ ਨਹੀਂਗਾ ਇਹ ਫਲੋ ਹੀ ਨਹੀਂ ਬਣਦਾ ਹਵਾ ਦਾ ਜੇ ਹੈ ਨਹੀਂਗਾ ਤਾਂ ਬਾਕੀ ਆਉਣ ਮਗਰਲਾ ਪਾਸਾ ਜਿਹੜਾ ਉਹ ਹਵਾ ਮੂਰੇ ਫੇਰ ਆ ਗਈ ਹਾਂ ਕਿੱਥੇ ਉਹਨੇ ਮੂਰਲੀ ਅੰਦਰ ਆਉਣੀ ਦਿੱਤੀ ਐ ਐਸ ਨੇ ਹਾਂ ਇਸ ਰਬੜ ਨੇ ਜਾਂ ਹਵਾ ਅੱਗੇ ਨਹੀਂ ਆਉਣੀ ਅੰਦਰਲੀ ਅੰਦਰ ਘਮਾਈ ਜਾਣੀ ਇਹਦੇ ਉਹਨੇ ਗਰਮ ਹਵਾ ਹਾਂ ਨਾ ਬੁੱਗੀ ਦਾ ਤਾਂ ਤੇਲ ਵਾਲੇ ਹੱਥ ਲਾਏ ਹੋਰ ਕੋਈ ਇਹਦੇ ਬਾਰੇ ਜਾਣਕਾਰੀ ਆ ਕਦੋਂ ਲੰਡਾ ਕੀਤਾ ਇਹਦਾ ਰੇਡੀਏਟਰ ਖਰਾਬ ਹੋ ਗਿਆ ਬਈ ਉਹ ਲੈ ਗਿਆ ਉਹ ਪਾਪਾ ਮੇਰੇ ਤੋਂ ਹੁਣ ਇਹ ਬੁੱਕ ਸੀਗੀ ਵਾਟਰ ਵਾਡੀ ਟੁੱਟੀ ਵਾਟਰ ਵਾਡੀ ਬਦਲਤੀ ਉਹ ਖੋਲ ਦੇ ਕਰ ਦਿਆਂ ਤੂੰ ਮੇਰੇ ਸਾਹਮਣਾ ਉਹ ਰੇਡੀਏਟਰ ਦੋ ਤਿੰਨ ਕੰਮ ਜੇ ਕਰਾਉਣੇ ਸੀਗੇ ਮੈਂ ਕਿਹਾ ਸਾਫ਼ ਕਰਾ ਦਈਏ ਤੇ ਪਰ ਉਹ ਪਾਣੀ ਤਾਂ ਉਹ ਤੋਂ ਵੱਜ ਗਿਆ ਤੇ ਆਪ ਦੁੱਧ ਤੇਜ਼ ਪਾਤਾ ਹੁਣ ਹਾਂ ਜਦੋਂ ਜਦੋਂ ਇਹ ਜੌਨ ਡੀਅਰ ਬਸ ਠੀਕ ਆ ਬਦਲਣਾ ਹੀ ਪੈਣਾ ਇਹ ਹਾਂ ਹਾਂ ਬਦਲ ਦੇਣਾ ਬਸ ਠੀਕ ਆਹ ਟਰੈਕਟਰ ਸੀ ਇਹ USA ਪੰਪ ਵਾਲਾ ਬਾਈ ਅੱਛਾ ਇਹ ਆਪਾਂ ਸੇਲ ਵਾਸਤੇ ਲੈ ਕੇ ਆਉਂਦਾ ਸੀਗਾ ਬਹੁਤ ਘੱਟ ਚੱਲਿਆ ਠੀਕ ਆ ਇਹ ਹੈ ਰੋਟਰੀ ਰੋਟਰੀ ਪੰਪ ਹੈ ਠੀਕ ਆ ਜਿਹੜੇ ਇਹਨਾਂ ਦੇ 5310 ਐਸ ਆਏ ਸੀ ਜਾਂ 5410 ਉਹ ਰੋਟਰੀ ਪੰਪ ਚ 5310 ਹਾਂ ਰੋਟਰ ਪੰਪ ਹਾਂ ਇਹ 8 ਚ ਵੀ ਆਇਆ ਅੱਛਾ ਇਹ ਨੌਨ ਟਰਬੋ ਆ ਟਰਬੋ ਨਹੀਂ ਨਹੀਂ ਨੌਨ ਟਰਬੋ ਆ ਠੀਕ ਆ ਇਹ ਮੈਂ 6 ਮਾਡਲ ਵੀ ਵੇਖਿਆ ਰੋਟਰੀ ਪੰਪ 7 ਵੀ ਵੇਖਿਆ 8 ਵੀ ਵੇਖਿਆ ਪਰ ਜ਼ਿਆਦਾ ਇਹ 11 ਮਾਡਲ ਆਏ ਆ ਇੱਥੇ ਲਿਖਿਆ ਹੋਊ ਇਹਦੇ ਮੇਡ ਇਨ USA ਠੀਕ ਆ ਜੇ ਤੁਸੀਂ ਚਾਹੋ ਨਾ ਦੇਖੋ ਚਲੋ ਫੋਟੋ ਲਾ ਕੇ ਲਾ ਦਾਂਗੇ ਆਪਾਂ ਵਿੱਚ ਚੱਕਦਾ ਨਹੀਂ ਇਹ ਤੇ ਇਹਦਾ ਡੀਜ਼ਲ ਖਰਚਾ ਜੇ ਇਹ ਬਾਬੇ ਦੀ ਕਿਰਪਾ ਨਾਲ ਰਹਿ ਗਿਆ ਆਪਣੇ ਕੋਲੇ ਜਿਵੇਂ ਪਾਪਾ ਇਹਨੂੰ ਜ਼ਿਆਦਾ ਪਸੰਦ ਕਰਦਾ ਜੇ ਰਹਿ ਗਿਆ ਤੇ ਐਰਕੀ ਨੂੰ ਆਪਾਂ ਸੁਪਰ ਸੀਡਰ ਤੇ 1 ਕਿੱਲਾ ਉਹਦੇ ਨਾਲ 1 ਕਿੱਲਾ ਇਹਦੇ ਨਾਲ ਬੀਜ ਕੇ ਇਹ ਚ ਫਰਕ ਦੱਸ ਦਾਂਗੇ ਇਹਦਾ ਡੀਜ਼ਲ ਖਰਚਾ ਐ ਲੱਗਦਾ ਵੀ ਇਹ ਧੂਆਂ ਦਾ ਆਉਂਦਾ ਹੀ ਨਹੀਂ ਸਵਾਸਰ ਨੂੰ ਤੇ ਛਤਰੀਆਂ ਦੋ ਰੱਖੀ ਬੈਠਾ ਉੱਤੇ ਉਹ ਟਰੈਕਟਰ ਦੀ ਲਾਈ ਆ ਜਗ੍ਹਾ ਦੀ ਥੋੜੀ ਜੀ ਕਮੀ ਆ ਤਾਂ ਕਰਕੇ ਫਿਰ ਉਹ ਤੇ ਸੰਭਾਲ ਸੰਭਾਲਤਾ ਠੀਕ ਆ ਇਹ 2011 ਮਾਡਲ ਆ ਪਹਿਲੇ ਨਾਮ ਅੰਮ੍ਰਿਤਸਰ ਦਾ ਨੰਬਰ ਆ ਠੀਕ ਆ ਚਲ ਇਹਦਾ ਕੀ ਲੈਵਟ ਦਾ ਕੀਤਾ ਕੰਮ ਹੈ ਇਹਦਾ ਲੈਵਟ ਦਾ ਨਹੀਂ ਇਹ ਆਪਾਂ ਲੈਪਟਾਪ ਆ ਚੇਂਜ ਨਹੀਂ ਕੀਤਾ ਸੀਗਾ ਠੀਕ ਆ ਇੱਕ ਉਹ ਮੈਂ ਤੁਹਾਨੂੰ ਦੱਸਿਆ ਸੀ ਕਲਿੱਪਰਾਂ ਦੀ ਨਹੀਂ ਵੀਡੀਓ ਪਾਈ ਕੀ ਆਂਦੇ ਹੁੰਦੇ ਆ ਉਹ ਜਿਹੜਾ ਚੀਜ਼ ਰੋਕਦਾ ਹੁੰਦਾ ਹਾਂ ਸਟੈਪਲਾਈਜ਼ਰ ਸਟੈਪਲਾਈਜ਼ਰ ਇਹਦੀ ਟੈਂਕੀ ਟੁੱਟ ਗਈ ਸੀ ਠੀਕ ਆ ਉਹ ਸਟੈਪਲਾਈਜ਼ਰ ਦੀ ਵਜ੍ਹਾ ਕਰਕੇ ਠੀਕ ਆ ਇਹ ਟੈਂਕੀ ਚੇਂਜ ਕੀਤੀ ਇੱਕ ਠੀਕ ਆ ਇੱਕ ਆ ਲੈਫਟ ਉਹ ਗ੍ਰੀਨ ਜਿਹਾ ਹਰੇ ਰੰਗ ਦੀ ਸੀ ਨਾ ਟਾਪਾ ਉਹ ਠੀਕ ਆ ਉਹ ਭੈੜਾ ਲੱਗਦਾ ਸੀ ਉਹ ਮੈਂ ਕਿਹਾ ਹੁਣ ਟੈਂਕੀ ਲਾਈ ਤੇ ਹੁਣ ਉਹ ਇਹ ਤੇ ਪੇਂਟ ਕਰਤਾ ਠੀਕ ਆ ਉਹ ਨੀਲੇ ਰੰਗ ਤੇ ਠੀਕ ਆ ਹੂੰ